ਜਨਤਾ ਦੀ ਬਾਤ ਚੰਦਿਕ ਦੇ ਸਾਰੇ ਦੋਸਤਾਂ ਦਾ ਸਵਾਗਤ ਹੈ। ਇਸ ਵਕਤ ਅਸੀਂ ਖੜ੍ਹੇ ਹਾਂ ਬਾਜਾ ਖਾਨਾ ਰੋਡ ਦੇ ਉੱਤੇ, ਜਿੱਥੇ ਕਿ ਜਿਹੜਾ ਕਿ ਨੈਣਾ ਦੇਵੀ ਨੂੰ ਸ਼ਰਧਾਲੂ ਲੋਕ ਜਾਂਦੇ ਨੇ ਉਹਨਾਂ ਵਾਸਤੇ ਲੰਗਰ ਲਾਇਆ ਗਿਆ ਹੈਗਾ। ਸਾਡੇ ਨਾਲ ਉਹ ਸੇਵਾਦਾਰ ਮੌਜੂਦ ਨੇ ਜਿਨ੍ਹਾਂ ਵੰਨੀਓ ਇਹ 24 ਘੰਟੇ ਸੇਵਾ ਕੀਤੀ ਜਾਂਦੀ ਆ ਔਰ ਆਉਂਦੇ ਜਾਂਦਿਆਂ ਦਾ ਲੰਗਰ ਦੇ ਨਾਲ ਢਿੱਡ ਭਰਿਆ ਜਾਂਦਾ। ਗੱਲਬਾਤ ਕਰਦੇ ਹਾਂ ਮਾਤਾ ਦੇ ਨਾਲ ਕਿ ਉਹਨਾਂ ਦਾ ਇਸ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ। ਹਾਂਜੀ ਮਾਤਾ ਜੀ, ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਮਤਲਬ ਹਰ ਵਾਰ ਤੁਸੀਂ ਮਤਲਬ ਲੰਗਰ ਲਾਇਆ ਜੀ? ਬਾਬਾ ਪੁਰਤੀਦਾਸ ਜੀ ਦੀ ਕਿਰਪਾ ਨਾਲ ਲੱਗਦਾ ਹੈ, ਜਕਾਰਾ ਮਾਨ ਨੈਣਾ ਦੇਵੀ ਦਾ ਜੋ ਵੀ ਇਹ ਲੰਗਰ ਲੱਗਿਆ ਉਹਨਾਂ ਦਾ ਸਦਕਾ ਲੱਗਿਆ, ਕਿਉਂਕਿ ਮੇਰੇ ਗੁਰੂ ਆ ਬਾਬਾ ਪੁਰਤੀਦਾਸ ਜੀ, ਮਾਤਾ ਦੀ ਕਿਰਪਾ ਨਾਲ ਲੱਗਦਾ। ਬਾਕੀ ਸਾਰਾ ਜੋ ਕਰਦੀ ਹੈ ਸੰਗਤ ਕਰਦੀ ਆ, ਮੈਂ ਤਾਂ ਇੱਕ ਖਾਲੀ ਭਾਂਡੇ ਧਰ ਦਿੰਦੀ ਹਾਂ, ਜੋ ਮਹਾਮਾਈ ਜਾਣਦੀ ਆ ਜਿਹੜਾ ਲੰਗਰ ਲਾਉਂਦੀ ਆ, ਇਹ 8 ਦਿਨ ਲੱਗੇ 9 ਦਿਨ ਲੱਗੇ, ਇਹ ਮਹਾਮਾਈ ਦੀ ਕਿਰਪਾ ਨਾਲ ਸੰਗਤ ਦੀ ਕਿਰਪਾ ਨਾਲ ਲੱਗਦਾ। ਆਰਾਮ ਸਰ ਕੋਠਾ 'ਚ ਗੱਲ ਭਰੋਸੇ ਦੀ ਹੁੰਦੀ ਹੈ? ਭਰੋਸੇ ਦੀ, ਮੈਨੂੰ ਬਹੁਤ ਭਰੋਸਾ, ਮੇਰੇ ਗੁਰੂ 'ਤੇ ਬਹੁਤ ਭਰੋਸਾ, ਮੇਰੇ ਗੁਰੂ 'ਤੇ ਵੀ ਭਰੋਸਾ, ਮੇਰੀ ਮਾਂ 'ਤੇ ਵੀ ਭਰੋਸਾ, ਬਹੁਤ ਭਰੋਸਾ, ਬਾਜਾਂ ਵਾਲੇ 'ਤੇ ਵੀ ਭਰੋਸਾ, ਬਾਬੇ ਨਾਨਕ 'ਤੇ ਵੀ ਭਰੋਸਾ। ਉਹ ਫੋਟੋ ਲੱਗੀ ਹੋਈ ਆ, ਮੈਨੂੰ ਕਿਸੇ ਨੇ ਸਵਾਲ ਕਰਿਆ ਸੀਗਾ, ਕਹਿੰਦੇ ਤੂੰ ਮਹਾਮਾਈ ਦੇ ਨਾਲ ਬਾਬੇ ਨਾਨਕ ਦੀ ਫੋਟੋ ਲਾਈ ਬੈਠੀ ਹਾਂ। ਮੈਂ ਕਿਹਾ ਬਾਬੇ ਨਾਨਕ ਨੇ ਲੰਗਰ ਚਲਾਇਆ ਸੀ 20 ਰੁਪਈਆਂ ਦਾ, ਅੱਜ ਉਹੀ ਲੰਗਰ 20 ਰੁਪਈਆਂ ਦਾ ਚੱਲੀ ਜਾਂਦਾ, ਇਹ ਮੁੱਕਦਾ ਨਹੀਂ। ਮਹਾਮਾਈ ਨੂੰ ਵੀ ਉਸੇ ਦਾ ਹੀ ਬੜਾ ਧੰਨਵਾਦ, ਸਾਰੇ ਸਾਥ ਦਿੰਦੇ। ਚਲੋ ਜਿਹਨੇ ਨਹੀਂ, ਜਿਹੜਾ ਨਹੀਂ ਵੀ ਆਉਂਦਾ ਉਹਦਾ ਵੀ ਮਹਾਮਾਈ ਭਲਾ ਕਰੇ, ਜਿਹੜਾ ਆਉਂਦਾ ਗਾ ਉਹਦਾ ਵੀ ਭਲਾ ਕਰੇ। ਮੈਂ ਸਾਰੇ ਨਗਰ ਦੀ ਇਹੀ ਸੁੱਖ ਸ਼ਾਂਤੀ ਮੰਗਦੀ ਹਾਂ ਵੀ ਸਾਡੇ ਨਗਰ 'ਚ ਸੁੱਖ ਸ਼ਾਂਤੀ ਰਹੇ, ਮਹਾਰਾਜ ਮਹਾਮਾਈ ਇਹ ਕਿਰਪਾ ਰੱਖੇ। ਤੁਸੀਂ ਜਿਹੜਾ ਇਹ ਲੰਗਰ ਲਾਉਂਦੇ ਹੋ ਮਤਲਬ ਕਿੰਨੇ ਦਿਨ ਚੱਲਦਾ ਲੰਗਰ ਜੀ? 9 ਦਿਨ ਚੱਲਦਾ। ਹਾਂ, ਨੈਣਾ ਦੇਵੀ ਤੋਂ ਜੋਤ ਪਹਿਲਾਂ ਲੈ ਕੇ ਆਉਂਦੇ ਹਾਂ, ਉਦੋਂ ਬਾਅਦ ਨੈਣਾ ਦੇਵੀ ਅਸੀਂ ਛੱਡ ਕੇ ਆਉਂਦੇ ਹਾਂ ਵਾਪਸ ਜੋਤ, ਅਤੇ ਘਰੇ ਨਹੀਂ ਇਹਨੂੰ ਮਹਾਮਾਈ ਨੂੰ ਰੱਖ ਨਹੀਂ ਸਕਦੇ ਘਰੇ। ਉਦੋਂ ਬਾਅਦ ਸੰਗਤ ਜਾਂਦੀ? ਸੰਗਤ ਜਾਂਦੀ ਹੈ, ਜਿਹੜੀ ਸੰਗਤ ਦਾ ਮਾਨ ਆਗਾ ਵੀ ਜਾਣਾ ਗਾ। ਪਹਿਲਾਂ ਗੱਡੀਆਂ ਬੱਸਾਂ ਲੈ ਕੇ ਜਾਂਦੇ ਸੀ, ਹੁਣ ਵੀ ਕੋਈ ਗੱਡੀ, ਜਿਹੜਾ ਵੀ ਕੁਛ ਮਹਾਮਾਈ ਦੀ ਕਿਰਪਾ, ਜਿਹੜਾ ਵੀ ਕੁਛ ਇਹ ਚਾਹੂਗੀ ਉਹਦੀ ਕਿਰਪਾ ਨਹੀਂ ਹੋਣਾ ਗਾ, ਉਹ ਅਸੀਂ ਲੈ ਕੇ ਜਾਵਾਂਗੇ ਜੋਤ ਨੈਣਾ ਦੇਵੀ ਛੱਡ ਕੇ ਆਵਾਂ। ਸਾਡੇ ਰਾਮਸਰ ਕੋਠਿਆਂ ਦੇ ਬਹੁਤ ਵਧੀਆ ਨਗਰ ਹੈਗਾ, ਸਾਡਾ ਰਾਮਸਰ ਕੋਠਿਆਂ ਬਹੁਤ ਵਧੀਆ, ਜਿੰਨਾ ਕਹਿ ਦਈਏ ਉਨਾ ਹੀ ਵਧੀਆ ਨਗਰ ਆ ਸਾਡਾ ਰਾਮਸਰ ਕੋਠਿਆਂ। ਲੋਕਾਂ ਦਾ ਵਧੀਆ ਸਹਿਯੋਗ ਮਿਲੇ? ਸੰਯੋਗ ਵਧੀਆ, ਸਾਡੇ ਸਰਪੰਚ ਵਧੀਆ, ਬਹੁਤ ਵਧੀਆ ਸਰਪੰਚ ਆ ਸਾਡਾ, ਬਹੁਤ ਸੰਯੋਗ ਦਿੰਦਾ, ਬਹੁਤ ਕੰਮ ਕਰਦਾ, ਵਧੀਆ ਗਾ, ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਜੋ ਕਰਦਾ ਚੰਗਾ ਹੀ ਕਰਦਾ। ਮੇਰੀ ਇਹੀ ਬੇਨਤੀ ਹੱਥ ਬੰਨ ਕੇ। ਬਾਕੀ ਆਹ 13ਵਾਂ ਲੰਗਰ ਹੈਗਾ, ਇਹ ਬਾਬਾ ਪੁਰਤੀਦਾਸ ਜੀ ਮੇਰੇ ਗੁਰੂ ਹੈਗੇ, ਅਤੇ ਬਾਬਾ ਚੇਤਨ ਦਾਸ ਜੀ ਮੇਰੇ ਗੁਰਭਾਈ ਸੀ, ਅਤੇ ਉਹਨਾਂ ਦੇ ਸਦਕਾ ਉਹਨਾਂ ਦੀ ਮਿਹਰ ਨਾਲ ਉਹਨਾਂ ਦੇ ਬਚਨਾਂ ਨਾਲ ਇਹ ਲੰਗਰ ਚੱਲ ਰਿਹਾ, ਸੰਗਤ ਚਲਾ। ਮੇਰੇ ਕੋਲ ਕੁਛ ਨਹੀਂ, ਮੈਂ ਗਰੀਬ ਹਾਂਗੀ, ਗਰੀਬ ਘਰ ਦੀ ਲੜਕੀ ਹਾਂ, ਆਪਦਾ ਅਸੀਂ ਤਾਂ ਆਪਦਾ ਹੀ ਟਾਈਮ ਪਾਸ ਕਰਦੇ ਹਾਂ, ਜੇ ਘਰ 10 ਬੰਦੇ ਆ ਜਾਣ ਉਹਨਾਂ ਦਾ ਫਿਕਰ ਹੋ ਜਾਂਦਾ ਵੀ ਕਿਵੇਂ ਰੋਟੀ ਦੇਵਾਂਗੇ, ਅਤੇ ਪਰ ਮਹਾਮਾਈ ਦੀ ਕਿਰਪਾ ਨਾਲ ਸਾਡੇ 10 ਆਉਂਦੇ ਆ 10 ਜਾਂਦੇ ਆ, ਕੋਈ ਬੰਦਾ ਲੰਗਰ ਬਿਨਾ ਵਾਪਸ ਕੋਈ ਭੁੱਖਾ ਨਹੀਂ ਜਾਂਦਾ ਉਹਦੇ ਘਰ। ਵਿਚਾਰੇ ਕਹਿੰਦੇ ਨੇ ਸ਼ੁਰੂ ਕਰਨਾ ਔਖਾ ਹੁੰਦਾ, ਉਸ ਤੋਂ ਬਾਅਦ ਤਾਂ ਪਰਮਾਤਮਾ ਖੁਦ ਬਸ ਕੇ ਇਹਨਾਂ ਚੀਜ਼ਾਂ ਅੱਗੇ ਚੱਲਦੇ ਨੇ। ਮੈਨੂੰ ਕੋਈ ਟੈਨਸ਼ਨ ਨਹੀਂ, ਬਸ ਮੈਂ ਇੱਕ, ਮੇਰੇ ਕੋਲ ਇਕੱਲੀ ਮਹਾਮਾਈ ਹੈਗੀ, ਮੈਂ ਇਕੱਲੀ ਜੋਤ ਲੈ ਆਉਂਦੀ ਹਾਂ, ਬਾਕੀ ਮਹਾਮਾਈ ਜਾਣਦੀ ਆ, ਮੈਨੂੰ ਨਹੀਂ ਪਤਾ ਵੀ ਕਿੱਧਰੋਂ ਰਾਸ਼ਨ ਆਉਂਦਾ ਕਿੱਧਰੋਂ ਨਾ ਆਉਂਦਾ। ਮੈਂ ਤਾਂ ਖਾਲੀ ਭਾਂਡੇ ਧਰ ਦਿੰਦੀ ਹਾਂ, ਖਾਲੀ ਕੜਾਹੀਆਂ 'ਚ ਪੂਰੀਆਂ ਪਕਾ ਦਿੰਦੀ ਹਾਂ ਮਹਾਮਾਈ, ਆਪਦੇ ਮਨ ਦਾ ਭਰੋਸਾ ਚਾਹੀਦਾ। ਇਹਨਾਂ ਦਾ ਕਹਿਣਾ ਕਿ ਗੱਲ ਵਿਸ਼ਵਾਸ ਅਤੇ ਸ਼ਰਧਾ ਦੀ ਹੁੰਦੀ ਆ, ਜੋ ਭਰੋਸੇ ਨਾਲ ਜੋ ਵਿਸ਼ਵਾਸ ਨਾਲ ਕਰਦਾ ਉਹ ਇਹਨਾਂ ਦੇ ਹਮੇਸ਼ਾ ਵਿਸ਼ਵਾਸ ਦੇ ਵਿੱਚ ਵਾਧਾ ਹੁੰਦਾ। ਸਾਡੇ ਨਾਲ ਇੱਥੋਂ ਦੇ ਨਗਰ ਨਿਵਾਸੀ ਮੌਜੂਦ ਨੇ ਜਿਹੜੇ ਕਿ ਇਸ ਲੰਗਰ ਦੇ ਵਿੱਚ ਸੇਵਾ ਕਰਦੇ ਨੇ, ਤਾਂ ਗੱਲਬਾਤ ਆਪਾਂ ਉਹਨਾਂ ਨੂੰ ਵੀ ਕਰਾਂਗੇ, ਉਹਨਾਂ ਦਾ ਇਸ ਨੂੰ ਲੈ ਕੇ ਕੀ ਕਹਿਣਾ ਗਾ? ਹਾਂਜੀ ਪਰ ਕੀ ਕਹਿਣਾ ਚਾਹੁੰਦੇ? ਜੈ ਮਾਤਾ ਦੀ।
ਬਹੁਤ ਵਧੀਆ ਲੱਗਦਾ ਜੀ ਸੇਵਾ ਕਰਨ ਨੂੰ। ਹਰੇਕੇ ਸਾਲ ਆਉਂਦੇ ਹੈਗੇ, ਵਿਸ਼ਵਾਸ ਹੈ ਮਾਂ 'ਤੇ ਵੀ ਇਹਨਾਂ 'ਤੇ ਵੀ, ਆਪਣੇ ਮਾਂ ਬਾਪ ਤੋਂ ਵੀ ਵੱਧ, ਸਾਰੇ ਜਿੰਨੇ ਵੀ ਸੇਵਾਦਾਰ ਆਉਂਦੇ ਨੇ ਸਭ ਦੀ ਵਧੀਆ ਮੋਹ ਪਿਆਰ ਨਾਲ ਇੱਜ਼ਤ ਮਾਣ ਨਾਲ ਕਰਦੇ ਨੇ। ਲੰਗਰ ਬਹੁਤ ਵਧੀਆ ਚੱਲਦਾ, ਬਾਪ ਦੇ ਮਨ ਨੂੰ ਵੀ ਵਿਸ਼ਵਾਸ ਹੈ ਵੀ ਹਾਂ ਇੱਥੇ ਕੁਛ ਹੈ, ਤਾਂ ਹੀ ਆਪਦਾ ਮਨ ਵੀ ਇੱਧਰ ਨੂੰ ਖਿੱਚਿਆ ਹੁੰਦਾ ਵੀ ਜਾਈਏ ਸੇਵਾ ਕਰੀਏ। ਹਰ ਸਾਲ ਬਸ ਇਹੀ ਬੇਨਤੀ ਹੁੰਦੀ ਹੈ ਵੀ ਮਹਾਮਾਈ ਦਾ ਲੰਗਰ ਬਹੁਤ ਵਧੀਆ ਲੱਗਦਾ, ਬਹੁਤ ਵਧੀਆ ਸੇਵਾ ਕਰਦੇ ਆ ਜੀ ਸਭ ਆ ਕੇ। ਮਹਾਮਾਈ 'ਤੇ ਬਹੁਤ ਭਰੋਸਾ, ਸਾਨੂੰ ਮਹਾਮਾਈ ਦੇ ਦੀਦਾਰ ਦੀ ਬਹੁਤ ਖਿੱਚ ਰਹਿੰਦੀ ਹੈ। ਇਹ ਨੈਣਾ ਦੇਵੀ ਤੋਂ ਜੋਤ ਆਈ ਹੋਈ ਹੈ ਅਤੇ ਇੱਥੇ ਜੋ ਵੀ ਆਉਂਦਾ ਸਭ ਲੰਗਰ ਛਕ ਕੇ ਜਾਂਦੇ ਆ। ਮਹਾਮਾਈ ਦੇ ਭੰਡਾਰ ਹਮੇਸ਼ਾ ਭਰੇ ਰਹਿੰਦੇ, ਸਾਨੂੰ ਬਹੁਤ ਭਰੋਸਾ ਜੀ। ਇੱਥੇ ਸਾਰੀ ਸੰਗਤ ਬਹੁਤ ਸਰਦਾ ਇੱਜ਼ਤ ਮਾਣ ਨਾਲ ਪਿਆਰ ਨਾਲ ਸਭ ਬਹੁਤ ਸੇਵਾ ਕਰਦੇ ਨੇ ਜੀ। ਹਾਂਜੀ, ਮਹਾਮਾਈ ਦੇ ਦਰ 'ਤੇ ਲੰਗਰ ਲਾਇਆ ਜਾਂਦਾ ਹੈ ਨਾ। ਸਿਆਣੇ ਕਹਿੰਦੇ ਨੇ ਕਿ ਕਿਸੇ ਭੁੱਖੇ ਦਾ ਢਿੱਡ ਭਰਨਾ ਸਭ ਤੋਂ ਵੱਡਾ ਪੁੰਨ ਹੈ। ਤੁਸੀਂ 13-14 ਦਿਨ ਲੰਗਰ ਲਾਉਂਦੇ ਹੋ ਮਾਂ ਨੈਣਾ ਦੇਵੀ ਦੇ ਸ਼ਰਧਾਲੂਆਂ ਦੇ ਆਉਣ ਜਾਂਦਿਆਂ ਵਾਸਤੇ, ਹੈ ਨਾ, ਕੀ ਕਹਿਣਾ ਚਾਹੋ? ਅਤੇ ਕਹਿੰਦੇ ਇਹਨਾਂ ਦੇ ਕਰਕੇ ਲੱਗਦਾ, ਇਹਨਾਂ ਕਰਕੇ ਹੁੰਦਾ ਜੋ ਕੁਛ ਹੁੰਦਾ, ਜੋ ਵੀ ਸੇਵਾ ਮਿਲਦੀ ਆ ਇਹਨਾਂ ਕਾਰਨ ਮਿਲਦੀ ਆ, ਇਹਨਾਂ ਦਾ ਧੰਨਵਾਦ ਕਰਦੇ ਹਾਂ। ਅਤੇ ਮਹਾਮਾਈ ਚੱਲ ਕੇ ਸਾਡੇ ਘਰ ਉਹਦੀ ਜੋਤ ਆਈ ਆ, ਇਹਨਾਂ ਦਾ ਹੀ ਧੰਨਵਾਦ ਹੈ। ਸਿਆਣੇ ਕਹਿੰਦੇ ਸੰਗਤ ਵੀ ਵੱਡੀ ਹੁੰਦੀ ਆ ਜੀ, ਕਿਉਂ ਸੰਗਤ ਦੀ ਬਦੌਲਤ ਹੀ ਇਹਨਾਂ ਕਰਕੇ ਸੰਗਤ ਆ ਰਹੀ ਹੈ ਜੀ, ਨਹੀਂ ਅਸੀਂ ਕੀ ਕਰਨ ਜੋਗੇ ਹਾਂ। ਸੰਗਤ ਵੀ ਇਹਨਾਂ ਦੀ ਬਦੌਲਤ ਆ ਰਹੀ ਹੈ, ਜੇ ਮੂਹਰੇ ਲੱਗਦੇ ਨੇ ਤਾਂ ਸੰਗਤ ਆਉਂਦੀ ਹੈ, ਚਾਲਿਆਂ 'ਚ ਹੀ ਆਉਂਦੀ ਹੈ। ਅਸੀਂ ਇਹ ਕਹਿੰਦੇ ਜੀ ਖੁਸ਼ੀਆਂ ਭਰਿਆ ਟਾਈਮ ਇਹੋ ਜਿਹਾ ਗਾਹਾਂ ਨੂੰ ਵੀ ਆਵੇ, ਇਹੋ ਜਿਹਾ ਇਤਕੀਆ ਆ। ਮਹਾਰਾਜ ਤੰਦਰੁਸਤੀ ਬਖਸ਼ੇ ਸੰਗਤ ਨੂੰ, ਸਭ ਦੇ ਭੰਡਾਰੇ ਭਰੇ ਰੱਖੇ ਮਾਤਾ। ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਮਾਤਾ ਜੀ, ਜਦੋਂ ਅਸੀਂ ਗੱਲ ਭਰੋਸੇ ਨਾਲ ਆਉਂਦੇ ਹਾਂ, ਵਿਸ਼ਵਾਸ ਨਾਲ ਆਉਂਦੇ ਹਾਂ, ਹਮੇਸ਼ਾ ਸਾਡੇ ਘਰਾਂ ਦੇ ਵਿੱਚ ਵਾਧਾ ਹੁੰਦਾ ਹੈ, ਸਾਡੇ ਕਾਰੋਬਾਰ ਦੇ ਵਿੱਚ ਵਾਧਾ ਹੁੰਦਾ ਹੈ, ਅਤੇ ਸਾਨੂੰ ਇੱਥੋਂ ਜੋ ਵੀ ਵਿਸ਼ਵਾਸ ਨਾਲ ਬੰਦਾ ਖੁਸ਼ੀਆਂ ਪ੍ਰਾਪਤ ਕਰਕੇ ਜਾਂਦਾ ਨਾ। ਹਾਂਜੀ ਹਾਂਜੀ, ਆਪਾਂ ਜਿਵੇਂ ਹੁਣ ਵੀ ਮਾਤਾ ਕੋਲ ਸਰਦਾ ਜੇ ਤਾਂ ਹੀ ਆਉਂਦੇ ਆਪਾਂ, ਵੀ ਆਪਣੇ ਮਨ ਦੀ ਤਮੰਨਾ ਪੂਰੀ ਹੋਵੇ, ਮਹਾਰਾਜ ਕਰੇ ਸੱਚੇ ਪਾਤਸ਼ਾਹ ਸਭ ਦੀਆਂ ਕਰੇ, ਜੋ ਵੀ ਆਉਂਦਾ ਇੱਥੋਂ ਝੋਲੀਆਂ ਭਰ ਕੇ ਜਾਵੇ, ਆਪਾਂ ਤਾਂ ਕਹਿੰਦੇ ਖੁਸ਼ੀਆਂ ਲੈ ਕੇ ਜਾਵੇ, ਪਰਮਾਤਮਾ ਸਭ ਨੂੰ ਤੰਦਰੁਸਤੀਆਂ ਦੇਵੇ। ਦੋਸਤੋ, ਇਹ ਸੀਗੇ ਸਾਡੇ ਨਾਲ ਕੋਠੇ ਰਾਮਸਰ ਦੀ ਸੰਗਤ ਜਿੰਨਾ ਬੰਨੀਓਂ ਅੱਜ 13ਵਾਂ ਲੰਗਰ ਬਾਜਾ ਖਾਨਾ ਰੋਡ 'ਤੇ ਲਾਇਆ ਜਾਂਦਾ। ਜਿਹੜਾ ਇਹ ਲੰਗਰ ਹੈ ਹਰ ਸਾਲ ਇੱਥੇ ਲਾਇਆ ਜਾਂਦਾ, ਪੂਰੇ ਸੰਗਤ ਦੇ ਪੂਰੇ ਨਗਰ ਦੇ ਸਹਿਯੋਗ ਦੇ ਨਾਲ ਲਾਇਆ ਜਾਂਦਾ। ਜਿਵੇਂ ਤੁਹਾਨੂੰ ਅਸੀਂ ਇਹਨਾਂ ਸਾਰਿਆਂ ਦਾ ਪੱਖ ਦਿਖਾਇਆ, ਇਹਨਾਂ ਸਾਰਿਆਂ ਨੇ ਆਪਣੇ ਵੱਖ ਵੱਖ ਵਿਊ ਦਿੱਤੇ ਨੇ। ਗੱਲ ਭਰੋਸੇ ਦੀ, ਗੱਲ ਸ਼ਰਧਾ ਦੀ ਹੁੰਦੀ ਹੈ। ਜਿਵੇਂ ਮਾਤਾ ਜੀ ਨੇ ਕਿਹਾ ਗਾ ਕਿ ਅਸੀਂ ਇਹ ਖਾਲੀ ਭਾਂਡੇ ਲੈ ਕੇ ਇੱਥੇ ਰੱਖ ਦਿੰਦੇ ਹਾਂ, ਉਸ ਤੋਂ ਬਾਅਦ ਕਿੱਥੋਂ ਕਿਵੇਂ ਆਉਂਦਾ, ਕਿਵੇਂ ਬਣਦਾ, ਕਿਵੇਂ ਚੱਲਦਾ, ਇਹ ਪਰਮਾਤਮਾ ਜਾਣਦਾ, ਇਹ ਮਹਾਮਾਈ ਜਾਣਦੀ ਹੈ, ਕਿੱਥੋਂ ਲੰਗਰ ਆਈ ਜਾਂਦਾ, ਕਿੱਥੋਂ ਬਣੀ ਜਾਂਦਾ, ਕੌਣ ਵਰਤਾਈ ਜਾਂਦਾ। ਗੱਲ ਵਿਸ਼ਵਾਸ ਅਤੇ ਗੱਲ ਭਰੋਸੇ ਦੀ ਹੁੰਦੀ ਹੈ। ਜਿਵੇਂ ਅਸੀਂ ਤੁਹਾਨੂੰ ਇਹਨਾਂ ਸਾਰਿਆਂ ਦੇ ਨਾਮ ਲਾਇਆ, ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੀਆਂ ਨਵੀਆਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ। ਸਾਡੀ ਹਰ ਵੀਡੀਓ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਕਮੈਂਟ ਕਰਨਾ। ਇਸੇ ਤਰ੍ਹਾਂ ਦੀ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦਕ ਲਈ ਸਤਿ ਸ਼੍ਰੀ ਅਕਾਲ ਜੀ।